ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਦੇ ਬਠਾ ਜੀ ਬੜੀ ਖਬਰ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਬੜੀ ਬੜੀ ਅਜੀਬ ਖਬਰਾਂ ਜਿਹੜੀਆਂ ਉਹ ਅਡਿਆਲਾ ਜੇਲ ਤੋਂ ਅ manzare ham te aa rahiyan hain ajeeb o ghareeb qisam da tanda Imran Khan sahab ne utthe farmana shuru kita hai ਔਰ ਉਸ ਤੋਂ ਬਾਅਦ ਅਸੀਂ ਕੱਲ ਤੁਹਾਨੂੰ ਇੱਕ ਖਬਰ ਦਿੱਤੀ ਕਿ ਯੂਥੀਏ ਫੜਕਾਨ ਦਾ ਪਲਾਨ ਜਿਹੜਾ ਨਾ ਉਹ ਬਣਾਇਆ ਗਿਆ ਔਰ ਬੜੀ ਤਫਸੀਲੀ ਅਸੀਂ ਉਹਦੇ ਤੇ ਗੁਫ਼ਤਗੂ ਤੁਹਾਡੇ ਨਾਲ ਕੀਤੀ ਔਰ ਅੱਜ ਅੱਲਾ ਦੇ ਫਜ਼ਲੁਕਰਮ ਦੇ ਨਾਲ ਜਿਹੜੀ ਖਬਰ ਅਸੀਂ ਤੁਹਾਨੂੰ ਦਿੱਤੀ ਸੀ ਉਹਦੀ ਤਸਦੀਕ ਹੋ ਗਈ ਔਰ ਬਹੁਤ ਵੱਡਾ ਉਹ ਪਲਾਨ ਜਿਹੜਾ ਅਸੀਂ ਜਿਹੜਾ ਮੈਂ ਤੁਹਾਡੇ ਸਾਹਮਣੇ ਖੋਲ ਕੇ ਰੱਖਿਆ ਸੀ ਉਹ ਅੱਜ ਫੜਿਆ ਗਿਆ ਬੰਦੇ ਵੀ ਫੜੇ ਗਏ ਨੇ ਔਰ ਬੜਾ ਕੁਝ ਫੜਿਆ ਗਿਆ ਉਹ ਸਾਰੇ ਹਾਲਾਤ ਉਹ ਵਾਕਿਆਤ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਕਿਉਂਕਿ ਜੇ ਅਸੀਂ ਕੱਲ ਹੀ ਕਹਿ ਰਹੇ ਸੀ ਕਿ ਬਹੁਤ ਵੱਡਾ ਪਲਾਨ ਜਿਹੜਾ ਉਹ ਤਰਤੀਬ ਦਿੱਤਾ ਜਾ ਚੁੱਕਿਆ ਹੈ ਬਲਕਿ ਮੈਂ ਤੇ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਕਹਿ ਰਿਹਾ ਕਿ ਇਹਨਾਂ ਨੇ ਇਲੈਕਸ਼ਨ ਨਹੀਂ ਲੜਨਾ ਇਹ ਕਿਸ ਤਰ੍ਹਾਂ ਇਲੈਕਸ਼ਨ ਲੜ ਸਕਦੇ ਨੇ ਮਤਲਬ ਤੁਸੀਂ ਇੱਕ ਤੁਸੀਂ ਪਾਕਿਸਤਾਨ ਤੇ ਹਮਲਾ ਕੀਤਾ ਹੈ ਪਾਕਿਸਤਾਨ ਦੀ ਫੌਜ ਤੇ ਹਮਲਾ ਕੀਤਾ ਹੈ 76 ਸਾਲਾ ਤਾਰੀਖ ਦੇ ਵਿੱਚ ਇਹ ਪਹਿਲਾ ਵਾਕਿਆ ਹੈ ਇਹ ਦੂਸਰੀ ਪਾਰਟੀ ਹੈ ਜਿਹਨੇ ਹਮਲਾ ਕੀਤਾ ਹੈ ਕਿ ਤਾਲਬਾਨ ਇੱਕ ਇਹ ਨੇ ਔਰ ਇਹ ਦੋਨੋਂ ਕਜ਼ਨ ਨੇ ਆਪਸ ਵਿੱਚ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਵਿੱਚ ਇਹ ਲੋਕ ਇਲੈਕਸ਼ਨ ਲੜਨ ਔਰ ਵੋਟ ਮੰਗਣ ਇਹ ਇਹਨਾਂ ਨੂੰ ਵੀ ਪਤਾ ਸਾਰੀ ਦੁਨੀਆ ਨੂੰ ਪਤਾ ਇਹ ਸਿਰਫ ਔਰ ਸਿਰਫ ਪਾਕਿਸਤਾਨ ਦਾ ਜਿਹੜਾ ਇਲੈਕਸ਼ਨ ਨੇ ਉਹਨੂੰ ਬਦਨਾਮ ਕਰਨ ਦੀ ਹੁਣੇ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਨਹੀਂ ਤੇ ਕੋਈ ਵੀ ਨਹੀਂ ਕਿਉਂਕਿ ਜਦੋਂ ਇਲੈਕਸ਼ਨ ਹੋਣਾ ਜਿਹੜੀ ਵੀ ਹਕੂਮਤ ਆਣੀ ਹੈ ਪਾਕਿਸਤਾਨ ਦੀਆਂ ਪਾਲਿਸੀਆਂ ਬਣਨੀਆਂ ਨੇ ਦਫਾਈ ਪੁਲਿਸੀ ਅੰਦਰੂਨੇ ਦਾਖਲਾ ਪੁਲਿਸੀ ਔਰ ਉਸ ਤੋਂ ਬਾਅਦ ਇਹ ਜਿਹੜੇ ਕੇਸ ਨੇ ਨਿਆਜ਼ੀ ਤੇ 9 ਮਈ ਵਾਲੇ ਕੇਸ ਦਾ ਫੈਸਲਾ ਹੋਣਾ ਹੈ ਉਹ ਕਬੀਨਾ ਤੱਕ ਜਾਣਾ ਹੈ ਉਸ ਜ਼ਾਇ ਮੌਤ ਦਾ ਜਿਹੜਾ ਪਰਚਾ ਔਰ ਉਸ ਤੋਂ ਬਾਅਦ ਉਹਦੀ ਮਨਜ਼ੂਰੀ ਹੋਣੀ ਹੈ ਇਸ ਇਹ ਔਰ ਤਾਲਬਾਨ ਦਾ ਖਾਤਮਾ ਹੋਣਾ ਜਿਹੜੇ ਲਿਆ ਕੇ ਇਮਰਾਨ ਖਾਨ ਨੇ ਬਿਠਾਏ ਆਪਣੀ ਹਮਾਇਤ ਵਾਸਤੇ ਆਪਣੇ 30 ਸਾਲਾ ਮਨਸੂਬੇ ਚ ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਲੋਕਾਂ ਨੂੰ ਕਿਉਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਕਿਸੇ ਤਰੀਕੇ ਵੀ ਇਹਨਾਂ ਨੂੰ ਕੌਣ ਵੋਟ ਦੇਗਾ ਇਹ ਵੋਟ ਦੇ ਵਿੱਚ ਜਾ ਕੇ ਕੀ ਮੰਗਣ ਦੇ ਲੋਕਾਂ ਕੋਲ ਕਿ ਐ ਇਮਰਾਨ ਖਾਨ ਐਸੀ ਉਹਦੇ ਉਮੀਦਵਾਰ ਸਾਨੂੰ ਵੋਟ ਦਿਓ ਅਸਾਂ ਫੌਜ ਤੇ ਹਮਲਾ ਕੀਤਾ ਸੀ ਅਸਾਂ ਪਾਕਿਸਤਾਨ ਤੇ ਹਮਲਾ ਕੀਤਾ ਸੀ ਅਸਾਂ ਫੌਜ ਦੇ ਹੈੱਡਕੁਆਰਟਰ ਤੇ ਹਮਲਾ ਕੀਤਾ ਸੀ ਅਸਾਂ ਆਈਐਸ ਸਾਈਡ ਦੇ ਦਫ਼ਤਰ ਤੇ ਹਮਲਾ ਕੀਤਾ ਸੀ ਅਸੀਂ ਕੋਰ ਕਮਾਂਡਰ ਲਾਹੌਰ ਨੂੰ ਸਾੜਿਆ ਅਸੀਂ ਲਿਆਦਾ ਸਾਨੂੰ ਵੋਟ ਦਿਓ ਕੋਈ ਕੋਈ ਮੁਹੱਬਤਵਾਨ ਪਾਕਿਸਤਾਨੀ ਇਹਨਾਂ ਨੂੰ ਵੋਟ ਨਹੀਂ ਦੇ ਸਕਦਾ ਔਰ ਅਪੀਲ ਵੀ ਮੇਰੀ ਹੈ ਏ ਕਿ ਜਿਹੜਾ ਤੁਹਾਡੇ ਕੋਲੋਂ ইমরান ਖਾਨ ਦੀ ਤਸਵੀਰ ਜੇ ਸਲਾਈ ਹੋਵੇ ਜਿਹੜਾ ਵੋਟ ਮੰਗਣ ਆਏ ਉਹਦੀ ਖਾਤਰ ਤਵਾਜ਼ੋ ਜ਼ਰੂਰ ਕਰਿਆ ਜੇ ਖਾਤਰ ਤਵਾਜ਼ੋ ਸਮਝਦੇ ਹੋ ਨਾ ਕਿਸ ਤਰ੍ਹਾਂ ਮੈਂ ਕਹਿ ਰਿਹਾ ਹਾਂ ਪੂਰਾ ਤੈਜ਼ ਜ਼ਰੂਰ ਲਾਇਆ ਜੇ ਉਹਦੀ ਪਹਿਲਾ ਲਫ਼ਜ਼ ਮੈਂ ਵਿੱਚੋਂ ਕੱਢ ਗਿਆ ਤੈਜ਼ ਜ਼ਰੂਰ ਲਾਇਆ ਠੀਕ ਹੋ ਗਿਆ ਨਾ ਜੀ ਤੇ ਵੱਡਾ ਵੱਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਨਿਆਜ਼ੀ ਦੇ ਕੋਲੋਂ ਜੇਲ੍ਹ ਦੇ ਵਿੱਚ ਖੁਫੀਆ ਫੋਨ ਬਰਾਮਦ ਇਹ ਨਵਾਂ ਘਟਾ ਹੁਣ ਖੁੱਲ ਗਿਆ ਜੀ ਦੂਸਰੀ ਖਬਰ ਇਹ ਤਰੀਕ ਇਨਸਾਫ ਦੇ ਝੰਡਿਆਂ ਦੇ ਥੱਲੇ ਅਸਲਾ ਤੇ ਬੰਦੇ ਫੜੇ ਗਏ ਇਹ ਕੱਲ ਜਿਹੜੀ ਮੈਂ ਖਬਰ ਦਿੱਤੀ ਸੀ ਉਹਦੀ ਅੱਜ ਤਸਦੀਕ ਇਹ ਮੈਂ ਤੁਹਾਨੂੰ ਤਫਸੀਲ ਦੇਣਾ ਚਾਹਾਂ ਪੋਸਟਲ ਬੈਲਟ ਆਖਰੀ ਤਾਰੀਖ ਇਹ ਇੱਕ ਹੀ ਮਾਮਲਾ ਇਹ ਅਸੀਂ ਤੁਹਾਡੇ ਸਾਹਮਣੇ ਰੱਖਨੇ ਆ ਚਲੋ ਪਹਿਲੇ ਅਸੀਂ ਇਹ ਖਬਰ ਜਿਹੜੀ ਪੋਸਟਲ ਬੈਲਟ ਵਾਲੀ ਇਹਦੇ ਤੋਂ ਸ਼ੁਰੂ ਕਰ ਲੈਂਦੇ ਆ ਕਿਉਂਕਿ ਇਹਦੀ ਤਾਰੀਖ ਜਿਹੜੀ ਇਹ ਕਰੀਬ ਆ ਗਈ ਇਹ ਹੁਣ ਪੋਸਟਲ ਬੈਲਟ ਤੇ ਆਖਰੀ ਤਾਰੀਖ 22 ਜਨਵਰੀ ਇਹ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕ ਸਰਕਾਰੀ ਮੁਲਾਜ਼ਮੀਆਂ ਹੁੰਦੇ ਨੇ ਅ ਜਿਨ੍ਹਾਂ ਦੇ ਵਿੱਚ ਤੁਸੀਂ ਕਹਿ ਲਓ ਫੌਜ ਦੇ ਮੁਲਾਜ਼ਮੀਆਂ ਪੁਲਿਸ ਤੇ ਹੋ ਗਏ ਹੋਰ ਜਿਹੜੇ ਸਰਕਾਰੀ ਮਹਿਕਮੇ ਨੇ ਉਹਨਾਂ ਦੇ ਜਾਂ تعلیم ਦੇ ਜਿੱਥੇ-ਜਿੱਥੇ ਵੀ ਸਰਕਾਰੀ ਮੁਲਾਜ਼ਮੀਆਂ ਹਨ ਉਹਨਾਂ ਵਾਸਤੇ ਇਹ ਸਹੂਲਤ ਮੌਜੂਦ ਹੁੰਦੀ ਹੈ ਕਿਉਂਕਿ ਉਹ ਤੇ ਡਿਊਟੀਆਂ ਤੇ ਹੁੰਦੇ ਨੇ ਇਲੈਕਸ਼ਨ ਵਾਲੇ ਦਿਨ ਤੇ ਉਹਨਾਂ ਨੇ ਜਿਹੜਾ ਪੋਸਟਲ ਬੈਲਟ ਉਹਦੇ ਜ਼ਰੀਏ ਵੋਟ ਪਾਣੇ ਹੁੰਦੇ ਨੇ ਔਰ ਕੋਈ ਅਮਾਜ਼ੂਰ ਲੋਗ ਨੇ ਉਹਨਾਂ ਵਾਸਤੇ ਵੀ ਇਹ ਸਹੂਲਤ ਮੌਜੂਦ ਹੈ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਮੌਜੂਦ ਨੇ ਉਹਨਾਂ ਵਾਸਤੇ ਵੀ ਇਹ ਸਹੂਲਤ ਮੌਜੂਦ ਹੁੰਦੀ ਹੈ ਕਿ ਤੁਸੀਂ ਪੋਸਟਲ ਬੈਲਟ ਦੇ ਜ਼ਰੀਏ ਵੋਟ ਆਪਣਾ ਉਹ ਕਾਸਟ ਕਰ ਸਕਦੇ ਹੋ ਇਹ 22 ਤਰੀਕ ਜਿਹੜੀ ਹੈ ਇਹ ਆਖਰੀ ਤਰੀਕ ਹੈ ਪੋਸਟਲ ਬੈਲਟ ਦੀ ਅੱਜ ਮੇਰੇ ਖਿਆਲ ਨਾਲ 21 ਤਰੀਕ ਤੇ ਕੱਲ ਆਖਰੀ ਤਰੀਕ ਹੈ ਤੇ ਜਿਨ੍ਹਾਂ ਜਿਨ੍ਹਾਂ ਹਜੇ ਤੱਕ ਪੋਸਟਲ ਬੈਲਟ ਜਿਹੜਾ ਉਹ ਫਿਲ ਕਰਕੇ ਨਹੀਂ ਭੇਜਿਆ ਉਹ ਜਲਦੀ ਜਲਦੀ ਭੇਜ ਦਿਓ ਤੇ ਇਹ ਤੁਸੀਂ ਜਿਹੜਾ ਤੁਹਾਡਾ ਜ਼ਿਲ੍ਹੇ ਦਾ DRO ਦਾ ਆਫਿਸ ਹੈ ਯਾਨੀ ਕਿ ਡਿਸਟ੍ਰਿਕਟ ਰਿਟਰਨਿੰਗ ਅਫੀਸਰ ਤੁਸੀਂ ਉਹਨੂੰ ਕਹਿ ਸਕਦੇ ਹੋ ਉਹਦੇ ਦਫ਼ਤਰ ਦੇ ਵਿੱਚ ਤੁਸੀਂ ਇਹ ਸਾਰਾ ਸਾਖਤਾਪ ਇਕੱਲਣਾ ਤੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਇਹ ਪੋਸਟਲ ਬੈਲਟ ਵਾਲਾ ਜਿਹੜਾ ਫਾਰਮ ਹੈ ਇਹ ਪਿਆ ਉਹ ਪ੍ਰਿੰਟ ਕਰਕੇ ਉਹਨੂੰ ਫਿਲ ਕਰਕੇ ਆਪਣਾ ਤੇ ਭੇਜ ਦਿਓ ਇਹ ਨਾ ਹੋਵੇ ਕਿ ਤੁਹਾਡਾ ਵੋਟ ਜਿਹੜਾ ਉਹ ਰਾਹ ਚ ਕਿਧਰੇ ਡਾਖਰਨ ਦੇ ਵਿੱਚ ਪਿਆ ਰਵੇ ਜਾਂ ਆਪ ਜਾ ਕੇ ਆਪਣੇ ਜ਼ਿਲੀ ਦਫ਼ਤਰ ਜਿਹੜਾ DRO ਦਾ ਉੱਥੇ ਆਪਣਾ ਵੋਟ ਜਮ੍ਹਾਂ ਕਰਾ ਦਿਓ ਕਾਊਂਟ ਕਰਾ ਦਿਓ ਕਾਸਟ ਕਰ ਦਿਓ ਤੇ ਇਹ ਆਖਰੀ ਤਰੀਕ ਜਿਹੜੀ ਆ ਗਈ ਸਰਕਾਰੀ ਮੁਲਾਜ਼ਮਿਨ ਔਰ ਫੌਜ ਦੇ ਮੁਲਾਜ਼ਮਿਨ ਮੁਖਤਲਫ ਅਦਾਰਿਆਂ ਦੇ ਇਸ ਤਰ੍ਹਾਂ ਸਾਰਿਆਂ ਨੂੰ ਇਹ ਸਹੂਲਤ ਜਿਹੜੀ ਹੈ ਇਹ ਮੁਯਸਰ ਹੈ ਅੱਛਾ ਜੀ ਅਗਲੀ ਖਬਰ ਤੇ ਸਰਕਾਰ ਆ ਜਾਓ ਤਰੀਕੇ ਤਰੀਕੇ ਇਨਸਾਫ ਦੇ ਝੰਡੇ ਤੇ ਝੰਡਿਆਂ ਦੇ ਥੱਲੇ ਅਸਲਾ ਫੜਿਆ ਗਿਆ ਇਹ ਹੁਣ 6 7 8 ਫਰਵਰੀ ਦਾ ਇਹ 플ਾਨ ਇਹਨੂੰ پلان D ਦਾ ਨਾਮ ਦਿੱਤਾ ਗਿਆ। ਇਹ ਕੱਲ ਅਸੀਂ ਤੁਹਾਨੂੰ ਦੱਸਿਆ ਕਿ ਜਦੋਂ ਗੋਹਰ ਖਾਨ ਮਿਲਦਾ ਨਿਆਜ਼ੀ ਨੂੰ ਜੇਲ੍ਹ ਦੇ ਵਿੱਚ ਜਾ ਕੇ ਤੇ ਉੱਥੇ ਉਹਨੂੰ ਦੱਸਦਾ ਕਿ ਜਿਹੜਾ ਸਰਵੇਖੀ ਕਰਵਾਇਆ ਆਪਣਾ ਉਹਦੇ ਵਿੱਚ ਅਸੀਂ ਕੋਈ ਸੀਟ ਨਹੀਂ ਜਿੱਤ ਰਹੇ। ਔਰ ਜਿੱਤ ਵੀ ਨਹੀਂ ਸਕਦੇ। ਹਰ ਹਲਕੇ ਦੇ ਵਿੱਚ ਤੇ ਇਹਨਾਂ ਦੇ 5-5 6-6 ਉਮੀਦਵਾਰ ਆਪਣੇ ਹੀ ਖਲੋਤੇ ਨੇ। ਔਰ ਹਰ ਕੋਈ ਕਹਿ ਰਿਹਾ ਕਿ ਮੈਂ ਇਮਰਾਨ ਖਾਨ ਦਾ ਉਮੀਦਵਾਰ ਹਾਲਾਂਕਿ ਫੜਿਆ ਸਾਰਿਆਂ ਨੇ ਜਾਣਾ। ਕੋਈ ਵੀ ਇਹ ਰਹਿ ਨਹੀਂ ਸਕਦਾ ਇਹ ਗੱਲ ਤੈ ਹੋ ਚੁੱਕੀ ਹੈ ਲੇਕਿਨ ਫਿਰ ਵੀ ਉਹਨਾਂ ਨੂੰ ਸ਼ੌਕ ਚੜਿਆ ਔਰ ਇਹ ਹੀ ਉਹਨਾਂ ਕੋਲ ਮੌਕਾ ਆ ਕਿ ਚਲੋ ਚਾਰ ਜੀ ਉਹਨਾਂ ਨੂੰ ਵੀ ਜਾਣ ਲੈਣ ਪੋਸਟਰਾਂ ਦੇ ਤਸਵੀਰਾਂ ਲੱਗ ਜਾਣ ਗਲੀਆਂ ਮਹੱਲੇਾਂ ਚ ਇਹ ਹੀ ਹੁੰਦਾ ਨਾ ਔਰ ਫਿਰ ਕੀ ਇਹਨਾਂ ਨੂੰ ਲੱਭਣਾ ਔਰ ਤੋਂ ਵੋਟ ਥੋੜੇ ਕਿਸੇ ਦੇਣਾ ਇਹ ਜਦੋਂ ਇਹਨਾਂ ਦਾ ਸਰਵੇ ਆਂਦਾ ਹੈ ਜਾਤੀ ਜਿਹੜਾ ਸਰਵੇ ਕਰਵਾਉਂਦੇ ਨੇ ਤੇ ਗੋਹਰ ਖਾਨ ਜਾ ਕੇ ਕਹਿੰਦੇ ਸਰ ਜੀ ਕਿ ਇਹ ਸਾਨੂੰ ਇੱਕ ਵੀ ਸੀਟ ਜਿਹੜੀ ਹੈ ਕੌਮੀ ਅਸੈਂਬਲੀ ਦੀ ਨਹੀਂ ਮਿਲਦੀ ਸਾਡੇ ਆਪਣੇ ਸਰਵੇ ਦੇ ਮੁਤਾਬਕ ਉੱਥੇ ਫਿਰ ਮੈਂ ਤੁਹਾਨੂੰ ਦੱਸਿਆ ਕਿ ਉਹ ਬੇਹੋਸ਼ ਹੁੰਦਾ ਰਸ ਤੋਂ ਬਾਅਦ ਉਹ ਫਿਰ ਉਹਨੂੰ ਕਹਿੰਦਾ ਕਿ ਪਲਾਨ ਡੀ ਤੇ ਕੰਮ ਜਿਹੜਾ ਉਹ ਸ਼ੁਰੂ ਕਰ ਦਿਓ ਇਹ ਹੁਣ ਤਰੀਕੇ ਇਨਸਾਫ ਦੇ ਝੰਡੇ ਗੱਡੀਆਂ ਤੇ ਅਸਲਾ ਅੱਜ ਫੜਿਆ ਗਿਆ ਇਹ ਪਲਾਨ ਡੀ ਕੀ ਹੈ ਇਹ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਅੱਜ ਫਿਰ ਦੱਸਣਾ ਕਿਉਂਕਿ ਅੱਜ ਉਹਦੀ ਤਸਦੀਕ ਹੋਈ ਔਰ ਬੰਦੇ ਫੜੇ ਗਏ ਨੇ ਔਰ ਕੱਲ ਮੈਂ ਅਪੀਲ ਕੀਤੀ ਸੀ ਕਿ ਬੰਦੇ ਫੜੋ ਔਰ ਅੱਜ ਬੰਦੇ ਫੜੇ ਗਏ ਨੇ ਗੱਡੀਆਂ ਫੜੀਆਂ ਗਈਆਂ ਨੇ ਤੇ ਮੈਂ ਤੁਹਾਡੇ ਸਾਹਮਣੇ ਇਹ 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 ਇੱਕ ਗੋਸ਼ਕੁਦਾਰ ਕਰਨਾ ਚਾਹ ਰਿਹਾ 6 7 8 ਫਰਵਰੀ 50 ਤੋਂ 60 ਯੂਥੀਆਂ ਫੜਕਾਨ ਦਾ پلان ਸੀ ਜਿਹੜਾ ਮੈਂ ਕੱਲ ਦੱਸਿਆ ਔਰ ਅੱਜ ਉਹ پلان ਜਿਹੜਾ ਉਹ ਸਾਹਮਣੇ ਆ ਗਿਆ ਔਰ ਬੰਦੇ ਫੜੇ ਗਏ ਨੇ ਬੰਦੇ ਕਿਸ ਤਰ੍ਹਾਂ ਫੜੇ ਗਏ ਨੇ ਪਖਤੂਨ ਹਾਤੋਂ ਚਾਰ ਗੱਡੀਆਂ ਨਿਕਲਦੀਆਂ ਨੇ ਚਾਰ ਗੱਡੀਆਂ ਪਖਤੂਨ ਹਾਤੋਂ ਅਲੀ ਯਮਨ ਗੰਡਾਪੁਰ ਦੀਆਂ ਉਹ ਗੱਡੀਆਂ ਅਲੀ ਯਮਨ ਗੰਡਾਪੁਰ ਖੁਦ ਜਿਹੜਾ ਉਹ ਰਪੋਸ਼ ਬਗੌੜਾ ਨਸਿਆ 9 ਮਈ ਦੇ ਹਮਲਿਆਂ ਦੇ ਵਿੱਚ ਮਰਕਜ਼ੀ ਮੁਜਰਮ ਹੈ ਉਹ ریاਸਤ ਦੇ ਹਮਲਿਆਂ ਦਾ ਮਰਕਜ਼ੀ ਮੁਜਰਮ ਹੈ ਅਲੀ ਯਮਨ ਗੰਡਾਪੁਰ ਆਪ ਫਰਾਰ ਫਰਾਰ ਵੀ ਇੱਥੇ ਡੇਰਾ ਇਸਮਾਇਲ ਖਾਨ ਦੇ ਵਿੱਚ ਹੀ ਇਹ ਵੀ ਸਾਨੂੰ ਪਤਾ ਉਹ ਹੈ ਕਿੱਥੇ ਠੀਕ ਹੋ ਗਿਆ ਨਾ ਚਾਰ ਗੱਡੀਆਂ ਨਿਕਲਦੀਆਂ ਨੇ ਔਰ ਉਹਨਾਂ ਨੇ ਦੋ ਤੋਂ ਤਿੰਨ ਸ਼ਹਿਰਾਂ ਦੇ ਵਿੱਚ ਜਾਣਾ ਸੀ ਜਿਸ ਤਰ੍ਹਾਂ ਮੈਂ ਕੱਲ ਤੁਹਾਨੂੰ ਦੱਸਿਆ ਕਿ 50 ਤੋਂ 60 ਯੂਥੀਆਂ ਫੜਕਾਉਣ ਦਾ ਪਲਾਨ ਹੈ ਔਰ ਉਸ ਤੋਂ ਬਾਅਦ ਇਲੈਕਸ਼ਨ ਨੂੰ ਮਤਨਾਜ਼ਾ ਕਰ ਕਰਕੇ ਵੀਡੀਓ ਚਾੜ ਚਾੜ ਕੇ ਸਤਿਆਨਾਸ਼ ਫਿਰਨ ਦਾ ਇਹ ਪਲਾਨ ਹੈ ਇਲੈਕਸ਼ਨ ਦਾ ਕਿਉਂਕਿ ਇਹਨਾਂ ਤੇ ਲੜਨਾ ਨਹੀਂ ਨਾ ਹੀ ਲੜ ਸਕਦੇ ਨੇ ਇਹ ਜਨਾਬ ਚਾਰ ਗੱਡੀਆਂ ਨਿਕਲਦੀਆਂ ਨੇ ਕੇਪੀ ਕੀ ਤੋਂ ਜਦੋਂ ਇਹ ਪੰਜਾਬ ਦੇ ਹੱਦ ਵਿੱਚ ਵੜਦੀਆਂ ਨੇ ਤੇ ਇਹਨਾਂ ਨੂੰ ਨਹੀਂ ਪਤਾ ਕਿ ਸਾਡੀਆਂ ਏਜੰਸੀਆਂ ਕਿੰਨੀਆਂ ਤਾਕਤਵਰ ਨੇ ਔਰ ਕਿੰਨਾ ਉਹਨਾਂ ਦਾ ਧਿਆਨ ਹੈ ਬਸ ਤੁਸੀਂ ਅੱਗੇ ਹੀ ਨਜ਼ਰਾਂ ਦੇ ਵਿੱਚ ਤੁਸੀਂ ਅੱਗੇ ਹੀ ਇੰਨੇ ਬਦਨਾਮ ਹੋ ਚੁੱਕੇ ਹੋ ਤੁਸੀਂ ਅੱਗੇ ਪਾਕਿਸਤਾਨ ਤੇ ਹਮਲਾ ਕਰ ਚੁੱਕੇ ਹੋ ਫੌਜ ਤੇ ਹਮਲਾ ਕਰ ਚੁੱਕੇ ਹੋ ਤੇ ਤੁਹਾਡਾ ਤੇ ਇੱਕ ਇੱਕ ਬੰਦਾ ਜਿਹੜਾ ਉਹ ਸਾਡੀ ਨਜ਼ਰ ਵਿੱਚ ਹੈ ਇੱਕ ਇੱਕ ਜਿਹੜਾ ਛੋਟਾ ਇਹ ਗੰਗੂ ਤੇਲੀ ਯੁੱਥੀਆ ਉਹ ਵੀ ਸਾਡੀ ਨਜ਼ਰ ਵਿੱਚ ਇਹ ਕਿੱਧਰ ਜਾਂਦਾ ਤੇ ਕਿੱਧਰ ਆਂਦਾ ਤੇ ਇਹ ਗੱਡੀਆਂ ਫਿਰ ਤੇ ਇਹ ਤੇ ਲਮਰ ਫੜੇ ਯਾਹੀ ਪੰਜਾਬ ਦੀ ਹੱਦ ਦੇ ਚ ਵੜਦੇ ਨੇ ਦੋ 라ਵਲਪਿੰਡੀ ਵਾਲ ਨਿਕਲਦੀਆਂ ਨੇ ਦੋ ਲਾਹੌਰ ਵਾਲ ਨਿਕਲਦੀਆਂ ਨੇ ਤੇ ਮੁੰਡੇ ਫਿਰ ਪੈ ਜਾਂਦੇ ਨੇ ਚਮਾ ਗੱਡੀਆਂ ਨੂੰ ਫੜ ਲਿਆ ਜਾਂਦਾ ਔਰ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਤੇ ਉਹਦੇ ਵਿੱਚੋਂ ਹਜ਼ਾਰਾਂ ਦੀ ਤਦਾਦ ਹੈ ਔਰ ਲੈਂਡ ਕਰੋਜ਼ਰ ਗੱਡੀਆਂ ਵੱਡੀਆਂ ਜਿਹੜੀਆਂ ਹੁੰਦੀਆਂ ਨੇ ਹਜ਼ਾਰਾਂ ਦੀ ਤعداد ਤੇ ਤਰੀਕੇ ਇਨਸਾਫ ਦੇ ਛੰਡੇ ਸੀ ਜਿਹੜੇ ਮੁختلف ਬੋਰੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਜਿਵੇਂ ਕਰਕੇ ਰੱਖੇ ਹੁੰਦੇ ਨੇ ਪਲੇਟ ਕੇ ਜਾਂ ਗੰਨਾ ਮਾਰ ਕੇ ਜਿਸ ਤਰ੍ਹਾਂ ਵੀ ਉਹਨਾਂ ਦੀਆਂ ਗੱਠੀਆਂ ਬਣਾ ਕੇ ਰੱਖੀਆਂ ਸੀ ਪੰਡਾ ਬਣਾ ਕੇ ਰੱਖੀਆਂ ਸੀ ਔਰ ਉਹਨਾਂ ਦੇ ਵਿੱਚ ਅਸਲਾ ਸੀ ਯਾਨੀ ਕਿ ਚਾਰ ਗੱਡੀਆਂ ਦੇ ਵਿੱਚੋਂ ਤਕਰੀਬਨ ਕੋਈ 50 ਦੇ ਕਰੀਬ ਆਟੋਮੈਟਿਕ ਅਸਲਾ ਜਿਹੜਾ ਉਹ ਨਿਕਲਿਆ ਵੱਡਾ ਆਟੋਮੈਟਿਕ ਅਸਲਾ 50 ਦੇ ਕਰੀਬ ਹਥਿਆਰ ਜਿਹੜੇ ਨੇ ਉਹ ਨਿਕਲੇ ਨੇ ਝੰਡੇ ਨੇ ਔਰ ਝੰਡਿਆਂ ਦੇ ਥੱਲੇ ਉਹ ਤਹਿ ਲਾਈ ਹੈ ਅਸਲੇ ਦੀ ਗੱਡੀਆਂ ਦੇ ਵਿੱਚ ਯਾਨੀ ਕਿ ਉੱਪਰੋਂ ਝੰਡੇ ਨੇ ਔਰ ਉਹਨਾਂ ਨੂੰ ਪੂਰਾ ਫਿਟ ਕੀਤਾ ਹੈ ਬਸ ਇਹ ਹੀ ਪਤਾ ਲੱਗੇ ਇਹ ਝੰਡੇ ਨੇ ਲੇਕਿਨ ਥੱਲੇ ਅਸਲੇ ਦੀ ਤਹਿ ਲਾਈ ਹੈ ਤੇ ਉੱਪਰ ਝੰਡਿਆਂ ਦੀ ਤਹਿ ਤੇ ਉੱਪਰ ਫਿਰ ਝੰਡੇ ਤੇ ਫਿਰ ਉੱਤੇ ਜਨਾਬ ਇਹ ਸਾਜ਼ੋ ਸਮਾਨ ਤੇ ਇਹ ਉਹ ਉਰਾਂ ਪਰ ਇਹ ਚਾਰੇ ਗੱਡੀਆਂ ਜਿਹੜੀਆਂ ਇਹ ਫੜੀਆਂ ਜਾਂਦੀਆਂ ਨੇ ਦੋ 라ਵਲ ਪਿੰਡੀ ਦੇ ਕੋਲ ਫੜੀਆਂ ਜਾਂਦੀਆਂ ਨੇ ਦੋ ਲਾਹੌਰ ਵਾਲ ਜਿਨ੍ਹਾਂ ਨੇ ਮੂੰਹ ਕੀਤਾ ਉਹ ਫੜੀਆਂ ਜਾਂਦੀਆਂ ਨੇ ਤੇ ਇਹ 12 ਅਫਰਾਦ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ 12 ਅਫਰਾਦ ਔਰ ਇਹ ਜਿਹੜੇ ਅਫਰਾਦ ਨੇ ਇਹਨਾਂ ਚ 10 ਅਫਗਾਨੀ ਨੇ ਜਿਨ੍ਹਾਂ ਦਾ ਆਰਡਰ ਨਿਕਲੇ ਆ ਉਹਨਾਂ ਨੇ ਆਪਣੇ ਮੁਲਕ ਜਾਣਾ ਹੈ 10 ਅਫਗਾਨੀ ਨੇ ਤੇ ਦੋ ਬਜੋੜ ਤੋਂ ਨੇ ਔਰ ਇਹਨਾਂ ਦਾ ਜਿਹੜਾ ਟਾਸਕ ਸੀ ਜਿਹੜਾ ਮਕਸਦ ਸੀ ਮੈਂ ਕੱਲ ਵੀ ਤੁਹਾਨੂੰ ਦੱਸਿਆ ਕਿ ਮੁxtਲਫ ਕਾਰਨਰ ਮੀਟਿੰਗਾਂ ਦੇ ਵਿੱਚ 10 20 30 ਯੂਥੜ ਮਾਈਆਂ ਮੁੰਡੇ ਨੌਜਵਾਨ ਬਲਾਬ ਲੂ ਕੇ ਕਿਸੇ ਜਗ੍ਹਾ ਤੇ ਬੱਤੀ ਬੁਝਾ ਕੇ ਤੇ ਇੱਕ ਦੋ ਫੜਕਾਣਾ ਉਸ ਮਹਿਫਲੇ ਚ ਫਿਰ ਵੀਡੀਓ ਬਣਨੀ ਰੌਲਾ ਪੜਨਾ ਜੀ ਆ ਪੁਲਿਸ ਨੇ ਮਾਰ ਦਿੱਤਾ ਫਲਾਣੇ ਨੇ ਮਾਰ ਦਿੱਤਾ ਇਹ ਕਰ ਦਿੱਤਾ ਉਹ ਕਰ ਦਿੱਤਾ ਔਰ ਇਹ 7 6 7 8 ਫਰਵਰੀ ਦਾ ਇਹ ਜਿਹੜਾ ਪਲਾਨ ਡੀ ਇਹ ਪਲਾਨ ਡੀ ਇਹ ਡੀ ਦੇ ਪਾਸੇ ਉਹ ਲੈ ਕੇ ਜਾ ਰਹੇ ਸੀ ਤੇ ਸਾਡੀਆਂ ਏਜੰਸੀਆਂ ਨੇ ਸਾਡੀ ਪੁਲਿਸ ਨੇ ਅਦਾਰਿਆਂ ਨੇ ਇਹਨਾਂ ਨੂੰ ਫੜ ਲਿਆ ਤੇ ਇਹ ਪਲਾਨ ਡੀ ਦੇ 12 ਬੰਦੇ ਜਿਹੜੇ ਨੇ ਇਹ ਗ੍ਰਿਫਤਾਰ ਹੋ ਗਣ ਇਹ ਜ਼ਹਿਰੀ ਗੱਲ ਇਹ ਇੱਕ ਤੇ ਚਲੋ ਇਹ ਅੱਛੀ ਗੱਲ ਹੈ ਕਿ ਯੂਥ ਹੀ ਮਰਨ ਤੋਂ ਬਚ ਗਏ ਨਾ ਇਹ ਨਜਾਇਜ਼ ਨਾ ਹੱਕੇ ਉਹਨਾਂ ਨੇ ਇਹ ਖਤਮ ਹੋਣਾ ਸੀ ਔਰ ਮਸੂਮ ਲੋਕ ਨੇ ਉਹਨਾਂ ਨੂੰ ਕੀ ਪਤਾ ਕਿ ਪਿੱਛੇ ਕੀ ਚੱਲਦਾ ਪਿਆ ਉਹਨਾਂ ਨੂੰ ਕੀ ਪਤਾ ਕਿ ਇੱਕ ਹੀ ਹਾਲਾਤੋਂ ਵਾਕਿਆਤ ਨੇ ਜ਼ਿਲ੍ਹੇ ਸ਼ਾਹ ਨੂੰ Imran Khan ਨੇ ਖੁਦ ਕਹਿ ਕੇ ਤੇ ਫੱਟੇ ਤੇ ਛਡਵਾਇਆ ਖੁਦ ਕਹਿ ਕੇ ਕਿ ਮੈਨੂੰ ਲਾਸ਼ ਚਾਹੀਦੀ ਫਿਰ ਉਸ ਵਿਚਾਰੇ ਨੂੰ ਬੇਦਰਦੀ ਦੇ ਨਾਲ ਉਤਾਂ ਚੜਾ ਗਿਆ ਠੀਕ ਹੈ ਨਾ ਉਹਦੇ ਫਿਰ ਦੋ ਚਾਰ ਦਿਨ ਪਹਿਲਾਂ ਹੀ ਪੋਸਟਰ ਬਣਾ ਕੇ ਰੱਖ ਲੈ ਕਿ ਇਹ ਬੰਦਾ ਅਸਾਂ ਚੁੱਕਣਾ ਹੈ ਪੋਸਟਰ ਪਹਿਲੇ ਬਨਵਾ ਕੇ ਰੱਖ ਲੈ ਉਹਦੇ ਕਿ ਜ਼ਿਲ੍ਹੇ ਸ਼ਾਹ ਤੇਰੇ ਖੂਨ ਨਾਲ ਇਨਕਲਾਬ ਆਏਗਾ ਤੇ ਇਸੇ ਤਰ੍ਹਾਂ ਹੀ ਨਾ ਕਈਆਂ ਯੂਥੀਆਂ ਦੇ ਪੋਸਟਰ ਪਹਿਲੇ ਬਣਾ ਕੇ ਰੱਖੇ ਨੇ ਜਿਵੇਂ ਅਰਸ਼ਦ ਸ਼ਰੀਫ ਸ਼ਰੀਫ ਦੇ ਪੋਸਟਰ ਪਹਿਲੇ ਬਣਾ ਕੇ ਰੱਖ ਲੈ ਸੀ ਯਾਂ ਹੀ ਉਹ ਮਰਦਾ ਇੱਕ ਮਿੰਟ ਤੋਂ ਬਾਅਦ ਪੋਸਟਰ ਆ ਗਏ ਸੀ ਮਾਰਕੀਟ ਦੇ ਵਿੱਚ ਪਲਾਨ ਪਹਿਲੇ ਤਿਆਰ ਸੀ ਬਸ ਯਾਂ ਹੀ ਉਹ ਜਾਣਦਾ ਉਹਦੇ ਖੂਨ ਨਾਲ ਵੀ ਅਸੀਂ ਇਨਕਲਾਬ ਲੈ ਕੇ ਆਣਾ ਤੇ ਇਸ ਤਰ੍ਹਾਂ ਇੱਕ ਤੇ ਇਹ ਅੱਛੀ ਖਬਰ ਹੈ ਕਿ ਇਹ ਯੂਥੀ ਜਿਨ੍ਹਾਂ ਨੇ ਫੜਕਣਾ ਸੀ ਉਹ ਬਚ ਗਏ ਔਰ 12 10 ਅਫਗਾਨੀ ਤੇ ਦੋ ਬਾਜੌੜੀ ਜਿਹੜੇ ਨੇ ਉਹ ਗ੍ਰਿਫਤਾਰ ਹੋ ਗਏ ਅਲੀ ਅਮੀਨ ਗੰਡਾਪੁਰ ਦੀਆਂ ਚਾਰ ਗੱਡੀਆਂ ਫੜੀਆਂ ਗਈਆਂ ਤੇ ਪਲਾਨ ਡੀ ਜਿਹੜਾ ਸੀ ਉਹ ਨਕਾਮ ਹੁੰਦਾ ਸਾਨੂੰ ਹੁਣ ਨਜ਼ਰ ਆ ਰਿਹਾ ਤੇ ਇਹੀ ਅਪੀਲ ਹੈ ਪਾਕਿਸਤਾਨੀਓ ਤੁਹਾਡੇ ਅਗੇ ਕਿ ਤੁਸੀਂ ਵੀ ਧਿਆਨ ਕਰਨਾ ਇਲੈਕਸ਼ਨ ਵਾਲੇ ਦਿਨ ਦਿਹਾੜੀ ਪਹਿਲੇ ਸੱਜੇ ਖੱਬੇ ਆਪਣੇ ਗਲੀ ਮੁਹੱਲੇ ਦੇ ਵਿੱਚ ਕਿ ਕੋਈ ਐਸੀ ਹਰਕਤੋ ਸਕਨਾਤ ਤੇ ਨਹੀਂ ਹੋ ਰਹੀਆਂ ਕੋਈ ਐਸਾ ਕੋਈ ਕੋਈ ਐਸੇ ਸ਼ਖਸ ਅਣਜਾਣ ਲੋਗ ਜਾਂ ਜਿਹੜੇ ਜਿਹੜੇ ਪਹਿਚਾਨ ਵਿੱਚ ਨਹੀਂ ਆਂਦੇ ਉਹ ਮੁੱਲੇ ਚ ਕੀ ਪਕਰਦੇ ਨੇ ਫੌਰੀ ਤੌਰ ਤੇ ਤੁਸਾਂ ਹਰਕਤ ਚਾਣਾ ਔਰ ਆਪਣੇ ਵਤਨ ਅਜ਼ੀਜ਼ ਦੀ ਹਫਾਜ਼ਤ ਕਰਨੀ ਇਹ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਤੇ ਇਹ ਪਲਾਨ ਡੀ ਜਿਹੜਾ ਇਹ ਜਾਂਦਾ ਰਿਹਾ ਜੀ ਅੱਛਾ ਜੀ ਅੱਗੇ ਆਜੋ ਸਰਕਾਰ ਸਭ ਤੋਂ ਵੱਡੀ ਖਬਰ ਖਬਰ ਜਿਹੜੀ ਇਹ ਰਾਜਾ ਆਤਫ ਜ਼ੁਲਫਕਾਰ ਸਾਹਿਬ ਦੀ ਬਹੁਤ ਵੱਡੇ ਸਹਾਫੀ ਨੇ اسلام آباد 라ਵਲਪਿੰਡੀ ਦੇ ਵਿੱਚ ਨਿਆਜ਼ੀ ਦੇ ਕੋਲੋਂ ਜੇਲ੍ਹ ਦੇ ਵਿੱਚ ਖੁਫੀਆ ਫੋਨ ਬਰਾਮਦ ਇਹ ਬੜਾ ਅਜੀਬ ਮਾਮਲਾ ਅਡੇਲਾ ਜੇਲ੍ਹ ਦੇ ਵਿੱਚ ਚੱਲਦਾ ਪਿਆ ਯਕੀਨ ਕਰੋ ਦਿਲ ਬੜਾ ਦੁਖਤ ਹੈ اور ایک خفیہ ਡਿਵਾਈਸ ਜਿਹੜੀ ਇਹ ਫੜੀ ਗਈ ਜਿਹਨੂੰ ਤੁਸੀਂ ਸੈਟਲਾਈਟ ਫੋਨ ਕਹਿ ਸਕਦੇ ਹੋ ਜਾਂ ਉਹਦੀ ਕੋਈ ਆਖਰੀ ਸ਼ਕਲ ਕਹਿ ਸਕਦੇ ਹੋ ਕਿਉਂਕਿ ਦੁਨੀਆ ਹੁਣ ਬਦਲ ਗਈ ਹੈ ਔਰ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਇਸਤੇਮਾਲ ਹੁੰਦੀਆਂ ਇਸ ਸਾਰੇ ਗੰਦੇ-ਤੰਦੇ ਦੇ ਵਿੱਚ ਹੁਣ 6-7 ਦਿਨ ਪਹਿਲੇ ਲਾਹੌਰ ਤੋਂ ਇੱਕ ਵਕੀਲ ਜਾਂਦਾ ਉੱਥੇ ਮਿਲਦਾ ਨੌਜਵਾਨ ਮੈਂ ਉਹਦੇ ਉੱਤੇ ਵੀਡੀਓ ਕੀਤੀ ਸੀ ਔਰ ਉਹ ਐਨਜੀ ਜਿਵੇਂ ਮੁਰਾਦ ਸੈਦ ਹੈ ਔਰ ਲੱਗਦਾ ਵੀ ਐਨਜੀ ਉਹ ਵਕੀਲ ਬਏ ਜਿਵੇਂ ਇਹਦਾ ਤੇ ਪਾਂਡੇ ਦਾ ਆਪਸ ਦੇ ਵਿੱਚ ਲੈਣੇ ਦੇਣੇ ਦਾ ਤਲਕ ਹੈ ਲੈਣੇ ਦੇਣੇ ਦਾ ਹੂੰ ਇਹ ਤੁਸੀਂ ਆਪ ਸਮਝ ਲੈਣਾ ਕਿ ਮਿੱਠਾ ਜੀ ਕੀ ਫਰਮਾ ਰਹੇ ਨੇ ਇਹ ਵਕੀਲ ਮਿਲਦਾ ਪੰਜ 6 ਦਿਨ ਪਹਿਲੇ ਉਦੋਂ ਉਹ ਉਹਨੂੰ ਸੈੱਡੇ ਲਾ ਕੇ ਜੈਰੀ ਗੱਲ ਹੈ ਜਫੀ ਛੱਪੀ ਵੀ ਲਈ ਹੋਣੀ ਹੈ ਚੁੱਮੀ ਛਮੀ ਵੀ ਲਈ ਹੋਣੀ ਹੈ ਇੱਕ ਦੂਜੇ ਦੀ ਮੁਹੱਬਤ ਜੂ ਹੈ ਉਹ ਵਕੀਲ ਨੇ ਕੋਈ ਪਰਚੀ ਕੱਢੀ ਪਰਚੀ ਕੱਢ ਕੇ ਉੱਤੇ ਕੁਝ ਨੋਟ ਲਖਾਇਆ ਉੱਤੇ ਉਹਦੇ ਸਾਈਨ ਕਰਵਾਏ ਉਹ ਕੈਮਰੇ ਵਾਲੇ ਵਖਤ ਦੇਖਦੇ ਸੀ ਉਹਨਾਂ ਫੜ ਲਏ ਉਹ ਜਦੋਂ ਫੜ ਲਿਆ ਫੜਨ ਤੋਂ ਬਾਅਦ ਉਹ ਪਰਚੀ ਖੋਲ ਹੀ ਨਿਆਜ਼ੀ ਅੰਦਰੋਂ ਨਸ ਕੇ ਆ ਕੇ ਉਹ ਪਰਚੀ ਖੋਹ ਕੇ ਪੁਲਸ ਵਾਲੇ ਕੋਲੋਂ ਸੈਕਿਉਰਿਟੀ ਗਾਰਡ ਕੋਲੋਂ ਤੇ ਪਰਚੀ ਖਾ ਗਿਆ ਪਰਚੀ ਹੀ ਖਾ ਗਿਆ ਇਹ 5-7 ਦਿਨ ਪਹਿਲੇ ਮੈਂ ਤੁਹਾਨੂੰ ਦੱਸਿਆ ਸੀ ਹੁਣ ਜਨਾਬ ਕੀ ਹੁੰਦਾ ਰਾਜਾ ਆਤਫ ਸੁਲਫਕਾਰ ਦੇ ਮੁਤਾਬਕ ਕਿ ਉਹ ਹੀ ਵਕੀਲ ਹੈ ਉਹ ਸੋਹਣਾ ਵਕੀਲ ਹੈ ਮੁਰਾਦ ਸੈਦ ਉਹ ਅੱਖਾਂ ਚੁਰਾ ਕੇ ਡਵਾਈਸ ਜਿਹੜੀ ਇਹ ਫੋਨ ਤੁਸੀਂ ਉਹਨੂੰ ਕਹਿ ਸਕਦੇ ਹੋ ਆਮ ਫੋਨ ਨਹੀਂ ਸੈਟਲਾਈਟ ਫੋਨ ਕਹਿ ਸਕਦੇ ਹੋ ਜਾਂ ਕੋਈ ਐਸਾ ਆਲਾ ਕਹਿ ਸਕਦੇ ਹੋ ਜਿਹਦੇ ਵਿੱਚ ਤੁਸੀਂ ਪੂਰੀ ਦੁਨੀਆ ਨਾਲ ਰਾਬਤਾ ਕਰ ਸਕਦੇ ਹੋ ਉਹ ਜਿਹੜਾ ਵਕੀਲ ਹੈ ਉਹ ਮੁਰਾਦ ਸੇਈ ਟਾਈਪ ਉਹਨੇ ਜਿਸ ਤਰੀਕੇ ਵੀ ਆਪਣੇ ਚੱਕੀ ਦੇ ਵਿੱਚ ਵਾਰ ਕੇ ਤੇ ਕੱਚੇ ਪਾ ਕੇ ਨੈਪੀ ਪਾ ਕੇ ਜੋ ਕੁਝ ਵੀ ਕਰਕੇ ਉਸ ਬੰਦੇ ਨੇ ਉਹ ਡਿਵਾਈਸ ਜਿਹੜੀ ਅੜਿਆਲਾ ਜੇਲ੍ਹ ਦੇ ਵਿੱਚ ਲੈ ਜਾਂਦਾ ਔਰ ਡਿਵਾਈਸ ਜਿਹੜੀ ਇਹ ਲੈ ਜਾਂਦਾ ਔਰ ਲੈ ਕੇ ਤੇ ਫਿਰ ਦੇ ਦਿੰਦਾ ਆਪਣੇ ਪਾਂਡੇ ਨੂੰ ਔਰ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਉਸ ਡਿਵਾਈਸ ਦੇ ਨਾਲ ਉਹ ਇਸਤੇਮਾਲ ਵੀ ਹੋਈ ਹੈ ਇਸਤੇਮਾਲ ਵੀ ਹੋਈ ਉਹ ਡਿਵਾਈਸ ਅੜਿਆਲਾ ਜੇਲ੍ਹ ਦੇ ਵਿੱਚ ਔਰ ਇਹ ਵੀ ਦੱਸਦੇ ਨੇ ਰਾਜਾ ਸਾਹਿਬ ਕਿ ਇਹਦੀ ਜਦੋਂ ਆਪਣੇ ਮੁੰਡਿਆਂ ਦੇ ਨਾਲ ਟੈਲੀਫੋਨ ਤੇ ਗੱਲ ਹੋਈ ਪਿਛਲੇ ਹਫਤੇ 2-4 ਦਿਨ ਪਹਿਲੇ ਉਦੋਂ ਉਸ ਡਿਵਾਈਸ ਦਾ ਜ਼ਿਕਰ ਉਸ ਟੈਲੀਫੋਨ ਕਾਲ ਦੇ ਵਿੱਚ ਵੀ ਹੋਇਆ ਇਹ ਹੀ ਹੋਇਆ ਉਹਨਾਂ ਨੇ ਬਈ ਹਾਂ ਮਿਲ ਗਈ ਏ ਚਲਦੀ ਏ ਪਈ ਸਹੀ ਕੰਮ ਕਰਦੀ ਏ ਪਈ ਕੋਡ ਵਰਲਡ ਵਿੱਚ ਕੀ ਹੋਣਾ ਨਾ ਕਿ ਉਹ ਜਿਹੜਾ ਮੈਂ ਕਿਹਾ ਸਿੱਖ ਡਾਉਣਾ ਕੱਲਿਆ ਉਹ ਚਲਦਾ ਪਿਆ ਕਿ ਨਹੀਂ ਚਲਦਾ ਜਾਂ ਉਹ ਇਸ ਤਰ੍ਹਾਂ ਕਰਕੇ ਕੀ ਹੋਣਾ ਨਾ ਉਹਨਾਂ ਵੀ ਉਹਨਾਂ ਕੋ ਸਿੱਧਾ ਤਾਂ ਨਹੀਂ ਕਿਹਾ ਹੋਣਾ ਕਿ ਜਿਹੜਾ ਸੈਟਲਾਈਟ ਫੋਨ ਤੈਨੂੰ ਕੱਲਿਆ ਅੱਬਾ ਉਹ ਚਲਦਾ ਹੀ ਕਿ ਨਹੀਂ ਅਸਾਕਤਾਬ ਨਾਲ ਕੀ ਹੁਲ ਹੈ ਉਹ ਕੀ ਹੋਣਾ ਨਾ ਇਹ ਜਨਬ ਫੜੇ ਕਿੱਥੋਂ ਜਾਂਦੇ ਨੇ ਇੱਕ ਕੈਮਰੇ ਤੁਹਾਨੂੰ ਪਤਾ ਹਰ ਪਾਸੇ ਲੱਗੇ ਨੇ ਬੈਰਕ ਦੇ ਵਿੱਚ ਵੀ ਲੱਗੇ ਨੇ ਹਰ ਜਗ੍ਹਾ ਤੇ ਲੱਗੇ ਨੇ ਔਰ ਖਾਸ ਤੌਰ ਤੇ ਇੱਕ ਐਸਾ ਇੱਕ ਆਈਡੀਆ ਹੈ ਜਿਹਨੇ ਪਾਕਿਸਤਾਨ ਤੇ ਹਮਲਾ ਕੀਤਾ ਉਹ ਜਿੱਦ ਇੱਕ ਇੱਕ ਚੀਜ਼ ਜਿਹੜੀ ਉਹ ਰਿਕਾਰਡ ਹੁੰਦੀ ਤਾਂ ਕਿ ਇਹ ਕੋਈ ਇੱਕ ਤੇ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਲੇ ਔਰ ਦੂਸਰਾ ਕੋਈ ਐਸੀ ਹਰਕਤ ਨਾ ਕਰ ਦੇ ਔਰ ਤੀਸਰਾ ਇਹ ਕੁਝ ਵੀ ਕਰ ਸਕਦਾ ਕੈਮਰੇ ਦੇ ਵਿੱਚ ਆ ਜਾਂਦਾ ਉਹ ਉਹ ਦਿਨਾਰ ਉਹ ਗੱਲਾਂ ਕਰਦਾ ਔਰ ਉਸ ਤੋਂ ਬਾਅਦ ਥਰਥਲੀ ਪੈਂਦੀ ਹੈ ਜੇਲ੍ਹ ਦੇ ਵਿੱਚ ਕਿ ਇਹਦੇ ਕੋਲ ਕੀ ਹੈ ਔਰ ਫਿਰ ਸਾਰੇ ਫਿਰ ਇਕੱਠੇ ਹੁੰਦੇ ਨੇ ਕਾਨੂੰਨ نافذ ਕਰਨ ਵਾਲੇ ਅਦਾਰੇ ਜਿਹੜੇ ਨੇ ਜੇਲ੍ਹ ਦੇ ਵਿੱਚ ਸਾਰੇ ਸਾਰੇ ਸਮਝ ਗਿਓ ਨਾ ਉਹਨਾਂ ਨੇ ਫਿਰ ਬਾਰ-ਬਾਰ ਉਹ ਵੀਡੀਓ ਵੇਖੀ ਕੈਮਰੇ ਵਾਲੀ ਬਈ ਇੱਕੀ ਦਿਨ ਨਾਲ ਗੱਲਾਂ ਕਰਦਾ ਕੀ ਸਾਖ ਤਾਬਤ ਉਸ ਤੋਂ ਬਾਅਦ ਫਿਰ ਉਹਨਾਂ ਬੈਰਕ ਤੇ ਵਿੱਚ ਜਾਂਦੇ ਨੇ ਤੇ ਜਾ ਕੇ ਤੇ ਉਹ ਡਿਵਾਈਸ ਜਿਹੜੀ ਹੈ ਉਹ ਲੱਭ ਲੈਂਦੇ ਨੇ ਔਰ ਕਹਨ ਵਾਲੇ ਕਹਿੰਦੇ ਨੇ ਕਿ ਜਿਹੜੀ ਉਹ ਤਲਾਈ ਜੇ ਨਹੀਂ ਹੁੰਦੀ ਇੱਕ ਤੇ ਰਜ਼ਾਈ ਹੁੰਦੀ ਹੈ ਨਾ ਉੱਪਰ ਲੈਣ ਵਾਲੀ ਇੱਕ ਤਲਾਈ ਹੁੰਦੀ ਹੈ ਗੱਦਾ ਟਾਈਪ ਤਲਾਈ ਉਹ ਹੁੰਦੀ ਉਹਦੇ ਵਿੱਚ ਉਹਨੇ ਵਾਰਡ ਕੇ ਰੱਖੀ ਸੀ ਔਰ ਉਹਦਾ ਚਾਰਜਰ ਵੀ ਹੈ ਸੀ ਤੇ ਉਹ ਡਿਵਾਈਸ ਜਿਹੜੀ ਉਹ ਫੜੀ ਗਈ ਹੈ ਫਰੈਂਜ਼ਿਕ ਆਸਤੇ ਚਲੀ ਗਈ ਹੈ ਹੁਣ ਉਹਦੇ ਵਿੱਚੋਂ ਕੀ ਨਿਕਲਦਾ ਇਹੋ ਹੀ ਦੱਸਦੇ ਨੇ ਪੈ ਕਿ ਉਹ ਉਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਵਿੱਚ ਰابطਾ ਕਰ ਸਕਦੇ ਹੋ ਕਿਸ ਤਰੀਕੇ ਕਰ ਸਕਦੇ ਹੋ ਨਵੀਂ ਟੈਕਨੋਲੋਜੀ ਇਹ ਸਾਨੂੰ ਕੋਈ ਪਤਾ ਨਹੀਂ ਇਹਨ ਅਦਾਰੇ ਵੇਖਣਗੇ ਲੱਭਣਗੇ ਕੀ ਹੋਇਆ ਕੋਈ ਰਿਕਾਰਡਿੰਗ ਵਿੱਚ ਮੌਜੂਦ ਹੈ ਕੋਈ ਸੇਵ ਹੋਈ ਹੈ ਨਹੀਂ ਉਹ ਕਿੱਥੋਂ ਗਿਆ ਕਿਵੇਂ ਆਇਆ ਉਹਦੇ 'ਚ ਫੋਨ ਕਿਵੇਂ ਹੁੰਦਾ ਹੈ ਗੱਲ ਕਿਵੇਂ ਹੁੰਦੀ ਹੈ ਇੰਟਰਨੈਟ ਕਿਵੇਂ ਵਿੱਚ ਵੜਦਾ ਇਹ ਅਲਈ ਬਿਹਤਰ ਜਾਣਦਾ ਲੇਕਿਨ ਇਹ ਡਿਵਾਈਸ ਜਿਹੜੀ ਹੈ ਇਹਨੂੰ ਤੁਸੀਂ ਸਾਦਾ ਲਫ਼ਜ਼ਾਂ ਦੇ ਵਿੱਚ ਫੋਨ ਵੀ ਕਹਿ ਸਕਦੇ ਹੋ ਸੈਟਲਾਈਟ ਫੋਨ ਵੀ ਕਹਿ ਸਕਦੇ ਹੋ ਜਾਂ ਕੁਝ ਹੋਰ ਚੀਜ਼ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਹਿ ਸਕਦੇ ਹੋ ਤੇ ਇਹ ਉਹਦੇ ਕੋਲੋਂ ਫੜੀ ਗਈ ਹੈ ਬਹੁਤ ਵੱਡੀ ਖਬਰ ਹੈ ਔਰ ਹੈਰਾਨਗੀ ਮੈਨੂੰ ਇਹ ਵੇਖ ਕੇ ਜਿਹੜਾ ਉਹ ਵਕੀਲ ਹੈ ਉਹ ਵੀ ਗ੍ਰਿਫਤਾਰ ਹੋ ਗਿਆ ਉਹ ਜਿਹੜਾ ਮੁਰਾਦ ਸੈਦ ਸੀ ਤੇ ਉਹਨੂੰ ਨਾਮ ਮعلوم ਮਕਾਮ ਦੇ ਉੱਤੇ منتقل ਕਰ ਦਿੱਤਾ ਗਿਆ ਉਹ ਸੋਹਣੇ ਪੋਪਲੇ ਵਕੀਲ ਨੂੰ ਔਰ ਉਹਦੇ ਕੋਲੋਂ ਤਫਤੀਸ਼ ਚੱਲੀ ਹੈ ਕਿ ਲਾਹੌਰ ਤੋਂ ਉਹ ਹਰ ਹਫਤੇ ਉੱਥੇ ਜਾਂਦਾ ਸੀ ਸੋਹਣਾ ਜਿਹਾ ਮੁੰਡਾ ਵਕੀਲਾਂ ਦੀ ਵਰਦੀ ਪਾ ਕੇ ਵਕੀਲ ਨਹੀਂ ਹੋ ਮਸ਼ੂਕ ਹੈ ਤੇ ਕਿਸ ਤਰ੍ਹਾਂ ਜਾ ਕੇ ਤੇ ਉਹ ਪੇਗਾਮ ਰਸਾਨੀ ਕਰਦਾ ਵੀ ਪਿਛਲੇ ਹਫਤੇ ਫੜਿਆ ਗਿਆ ਤੇ ਹੁਣ ਉਹ ਸੈਟਲਾਈਟ ਫੋਨ ਜਿਹੜਾ ਉਹ ਉਹਨੇ ਦਿੱਤਾ ਉਹਨੂੰ ਤੇ ਉਹ ਵਕੀਲ ਜਿਹੜਾ ਵਕੀਲ ਟਾਈਪ ਜਿਹੜਾ ਉਹ ਮਸ਼ੂਕ ਹੈ ਉਹਨੂੰ ਵੀ ਫੜ ਲਿਆ ਗਿਆ ਤੇ ਇਹਦੇ ਬਾਰੇ ਜਿਵੇਂ ਹੀ ਸਾਡੇ ਕੋਲ ਮਜ਼ੀਦ ਅਤਲਾ ਜਿਹੜੀ ਆਏਗੀ ਉਹ ਸੀ ਤੁਹਾਡੇ ਸਾਹਮਣੇ ਗੋਸ਼ਕੁਜ਼ਾਰ ਕਰਾਂਗੇ ਤੇ 6 7 8 ਫਰਵਰੀ ਦਾ ਜਿਹੜਾ ਘਨੌਨਾ ਪਲਾਨ ਹੈ ਅੱਜ 4 ਗੱਡੀਆਂ ਐ ਅਲੀ ਅਮੀਨ ਗੰਡਾਪੁਰ ਦੀਆਂ ਅਸਲੇ ਸਮੇਤ ਫੜੀਆਂ ਗਈਆਂ ਨੇ ਜਿਨ੍ਹਾਂ ਨੇ ਪੰਜਾਬ ਦਾ ਰੋਹ ਕੀਤਾ ਸੀ ਔਰ 6 7 8 ਫਰਵਰੀ ਨੂੰ 50 ਤੋਂ 60 ਯੂਥੀਆਂ ਫੜਕਾਣ ਦਾ ਪਲਾਨ ਸੀ ਔਰ ਇਲੈਕਸ਼ਨ ਨੂੰ ਮਤਨਾਜ਼ਾ ਕਰਨ ਦਾ ਪਲਾਨ ਸੀ ਤੇ ਪੜਿਆ ਗਿਆ ਜੀ ਬਹੁਤ ਸ਼ੁਕਰੀਆ